ਕਲਾਸ 7 ਚੈਪਟਰ ਆਪਣਾ 12 ਹੈ ਐਕਸਰਸਾਈਜ਼ ਆਪਣੀ ਕਿੰਨੀ ਆ 12.1 ਕੁਐਸਚਨ ਆਪਾਂ ਵੇਖੀਏ ਫਸਟ ਕੁਐਸਚਨ ਆਪਾਂ ਨੂੰ ਕੀ ਲਿਖਿਆ ਗਿਆ ਬੀਜਗਣਿਤਿਕ ਵਿਅੰਜਕ ਪਤਾ ਕਰੋ ਬੀਜਗਣਿਤਿਕ ਵਿਅੰਜਕ ਪਤਾ ਕਰੋ ਇਹਦੇ ਵਿੱਚ ਦੇਖੋ ਆਹ ਅਸਰਾਂ ਦਿੱਤੀਆਂ ਗਈਆਂ ਆਹ ਜਿਹੜੀ ਚੀਜ਼ ਹੁੰਦੀ ਨਾ ਆਪਣੇ ਕੋਈ ਸਿਰਫ ਐਕਸਟਰਾਈਜੇਸ਼ਨ ਹੁੰਦੀ ਆ ਸਮਝ ਗੱਲ ਹੋਈ ਨਹੀਂ ਇਹਨੂੰ ਬੀਜਗਣਿਤਿਕ ਵਿਅੰਜਕ ਕਹਿੰਦੇ ਆ ਆਪਾਂ ਡਿਸਕਸ ਕਰ ਚੁੱਕੇ ਲਾਸਟ ਲੈਕਚਰ ਦੇ ਵਿੱਚ ਆਪਾਂ ਪਦਾਂ ਨੂੰ ਵੀ ਪੜ੍ਹ ਚੁੱਕੇ ਹਾਂ ਵਿਅੰਜਕ ਵੀ ਪੜ੍ਹ ਚੁੱਕੇ ਹਾਂ ਉਹਦੇ ਗੁਣਨਖੰਡ ਵੀ ਪੜ੍ਹ ਚੁੱਕੇ ਹਾਂ ਸਮਾਨ ਵਿਅੰਜਕ ਵੀ ਪੜ੍ਹ ਚੁੱਕੇ ਹਾਂ ਸਮਾਨ ਵਿਅੰਜਕ ਵੀ ਪੜ੍ਹ ਚੁੱਕੇ ਹਾਂ ਆਪਾਂ ਸਾਰੇ ਡਿਸਕਸ ਕਰ ਚੁੱਕੇ ਲਾਸਟ ਲੈਕਚਰ ਹੁਣ ਆਪਾਂ ਇਹਦੇ ਵਿੱਚ ਕਹਿ ਰਹੇ ਹਾਂ ਬੀਜਗਣਿਤਿਕ ਵਿਅੰਜਕ ਪੜ੍ਹਾਓ ਆਪਾਂ ਪੜ੍ਹਾਉਣੇ ਆ ਉਹ ਲਿਖਿਆ ਕੀ ਉਹਨੇ ਸਾਡਾ ਵਾਈ ਵਿੱਚੋਂ ਜੈਡ ਨੂੰ ਘਟਾਉਣਾ ਕਿਸ ਚੋਂ ਘਟਾਉਣਾ ਆਪਾਂ ਵਾਈ ਚੋਂ ਕਿਹਨੂੰ ਘਟਾ ਰਹੇ ਹਾਂ ਜੈਡ ਇਹਦਾ ਮਤਲਬ ਜੀ ਵਾਈ ਦੇ ਵਿੱਚੋਂ ਘਟਾ ਰਹੇ ਆਪਾਂ ਵਾਈ ਨੂੰ ਕਿਹਨੂੰ ਕਹਿੰਦੇ ਪਹਿਲਾਂ ਜੈਡ ਨੂੰ ਬਾਅਦ ਵਿੱਚ ਇਹ ਕੀ ਹੋ ਗਿਆ ਇਹਦਾ ਆਨਸਰ ਵਾਈ ਮਾਈਨਸ ਜੈਡ ਫਿਰ ਸੰਖਿਆ ਐਕਸ ਤੇ ਵਾਈ ਦੇ ਜੋੜ ਦਾ ਅੱਧਾ ਪਹਿਲਾਂ ਕੀ ਕਰਨਾ ਆਪਾਂ ਇਹਦਾ ਜੋੜ ਜੋੜ ਕਰਨਾ ਆਪਾਂ ਪਹਿਲਾਂ ਕਿਹੜੀ ਸੰਖਿਆ ਦਾ ਐਕਸ ਤੇ ਵਾਈ ਦਾ ਸੰਖਿਆ ਐਕਸ ਪਲੱਸ ਵਾਈ ਜੋੜ ਹੋ ਗਿਆ ਦੋਵਾਂ ਦਾ ਜਦੋਂ ਦੋਵਾਂ ਦਾ ਜੋੜ ਹੋ ਗਿਆ ਉਸ ਤੋਂ ਬਾਅਦ ਕੀ ਕਰਨਾ ਆਪਾਂ ਇਹਨਾਂ ਦਾ ਅੱਧਾ ਅੱਧਾ ਜਦੋਂ ਵੀ ਆਪਾਂ ਅੱਧ ਫਾਈਂਡ ਕਰਨਾ ਹੁੰਦਾ ਆਪਾਂ ਕਿੰਨਾ ਭਾਗ ਕਰਦੇ ਆ ਕਿਸੇ ਵੀ ਚੀਜ਼ ਦਾ ਅੱਧ ਕਰੋ ਕਿੰਨੇ ਹਿੱਸੇ ਵੰਡੀ ਜਾਂਦੀ ਆ ਦੋ ਹਿੱਸੇ ਵੰਡੀ ਜਾਂਦੀ ਆ ਇਸੇ ਜਦੋਂ ਵੀ ਕਿਸੇ ਚੀਜ਼ ਦਾ ਹਾਫ ਕਰਨਾ ਹੋਵੇ ਅੱਧ ਕਰਨਾ ਹੋਵੇ ਉਹਨੂੰ ਆਪਾਂ ਦੋ ਦੇ ਨਾਲ ਭਾਗ ਕਰਦੇ ਆ ਇਹਦਾ ਅੱਧ ਕਰਨਾ ਆਪਾਂ ਅੱਧ ਹੋ ਗਿਆ ਦੋ ਆਰ ਹੋ ਗਿਆ ਠੀਕ ਹੈ ਦੋ ਨਾਲ ਡਿਵਾਈਡ ਕਰਨਾ ਦੈਨ ਨੈਕਸਟ ਕੁਐਸਚਨ ਸੰਖਿਆ Z ਨੂੰ ਆਪਣੇ ਆਪ ਨਾਲ ਗੁਣਾ ਕਰਨਾ ਹੁਣ Z ਨੂੰ ਕਿਹਨਾਂ ਗੁਣਾ ਕਰਨਾ ਆਪਾਂ ਆਪਣੇ ਆਪ ਉਹਦਾ ਆਪਣਾ ਆਪ ਕਿਹਨਾਂ Z ਇਟ ਮੀਨਸ Z ਨੂੰ ਕਿਹਨਾਂ ਗੁਣਾ ਕਰਾਂਗੇ Z ਨਾਲ ਹੀ ਇਹ ਆ ਗਿਆ ਕੋ Z ਮਲਟੀਪਲਾਈ Z ਕਿੰਨੇ Z ਹੋ ਗਏ ਆਪਣੇ ਉਹ 2 ਇਹਦੀ ਘਾਤ ਬਣਨੀ 2 ਇਹਦਾ Z ਦੇ ਉੱਪਰ ਕਿੰਨਾ ਆ ਗਿਆ 2 ਕਿੰਨੇ ਹੋਵੇ ਇੱਕ ਤੇ ਇੱਕ ਦਾ ਡਿਫੇ ਪੈ ਕਿੱਥੇ ਪਿਆ ਉਹਦਾ Z ਹੋ ਗਿਆ ਆਪਣੇ ਬਣ ਗਿਆ 2 ਜਿਹਦੇ 3 Z ਹੁੰਦੇ ਆਪਾਂ ਕਰਨ ਦੇ ਗੁਣਾ ਕਿੰਨੇ Z ਹੋ ਗਏ ਨੇ ਫਿਰ ਜੇ 3 ਜੈਡ ਗੁਣਾ ਕਰਦੇ ਜੈਡ ਦੀ ਘਾਤ ਕਿੰਨੀ ਆਣੀ ਸੀ 3 ਜੇ 4 ਜੈਡ ਗੁਣਾ ਕਰਦੇ ਜੈਡ ਦੀ ਘਾਤ ਕਿੰਨੀ ਆਣੀ ਸੀ 4 ਜਿੰਨੀ ਵਾਰ ਵੀ ਗੁਣਾ ਕਰਨਾ ਆਪਾਂ ਉਨੀ ਉਹਦੀ ਘਾਤ ਬਣ ਜਾਂਦੀ ਸੰਖਿਆ x ਤੇ y ਦੇ ਵਰਗਾਂ ਦਾ ਜੋੜ ਵਰਗ ਵਰਗ ਦਾ ਮਤਲਬ ਹੁੰਦਾ ਆ ਜੈਡ ਦਾ ਵਰਗ ਬਣ ਗਿਆ ਜਦੋਂ ਜੈਡ ਨੂੰ ਜੈਡ ਦਾ ਮਤਲਬ ਕਿਸੇ ਵੀ ਸੰਖਿਆ ਦੀ ਘਾਤ 2 ਹੋਗੀ ਤਾਂ ਉਹਦਾ ਵਰਗ ਹੁੰਦਾ ਹੈ ਇਸ ਤਰ੍ਹਾਂ x ਦਾ ਵਰਗ ਕਿੰਨਾ ਹੋ ਗਿਆ ਆਪਣੇ ਕੋਲ x ਦੀ 2 x2 y ਦਾ ਵਰਗ ਕਿੰਨਾ ਹੋ ਗਿਆ y ਦੀ 2 x ਦੀ ਘਾਤ 2 y ਦੀ ਘਾਤ 2 ਵਰਗਾਂ ਦਾ ਕੀ ਕਰਨਾ ਜੋੜ ਹੁਣ ਵਰਗ ਹੋ ਗਿਆ ਆਪਣੇ ਕੋਲ ਦੋਵਾਂ ਨੂੰ ਕਰਨਾ ਕੀ ਆਪਾਂ ਜੋੜ ਇਹ ਕਿਹੜਾ ਸਾਈਨ ਆ ਗਿਆ ਪਲੱਸ ਪਲੱਸ ਸੰਖਿਆ a ਅਤੇ b ਦੇ ਗੁਣਨਫਲ ਵਿੱਚੋਂ ਇਸ ਦੇ ਗੁਣਨ ਜੋੜਫਲ ਨੂੰ ਘਟਾਉਣਾ ਸੰਖਿਆ a ਅਤੇ b ਦੇ ਗੁਣਨਫਲ ਗੁਣਨਫਲ ਦਾ ਮਤਲਬ ਹੁੰਦਾ ਆ ਗੁਣਾ ਗੁਣਨਫਲ ਦਾ ਮਤਲਬ ਇਹ ਗੁਣਾ ਇਹਦਾ ਗੁਣਨਫਲ ਪਤਾ ਕਰਨਾ ਆਪਾਂ a b ਦਾ ਹੁਣ a ਤੇ b ਦਾ ਗੁਣਨਫਲ ਕਰਨਾ ਕਿ ਆਪਣੇ ਕੋਲ ਕੀ ਆਊਗਾ a ਗੁਣਾ b ਠੀਕ ਹੈ ਵਿੱਚੋਂ ਇਸ ਦੇ ਜੋੜਫਲ ਨੂੰ ਘਟਾਉਣਾ ਇਹਦੇ ਗੁਣਾ ਦੇ ਵਿੱਚੋਂ ਕਹਿੰਦਾ ਜਾਂ ਜੋੜ ਘਟਾਓ ਇਹਦੇ ਜੋੜ ਨੂੰ ਘਟਾਉਣਾ ਆਪਾਂ ਇਹਦਾ ਜੋੜ ਬਣ ਗਿਆ ਆਪਣੇ ਕੋ a ਜਮਾ b ਬਣ ਗਿਆ ਹੁਣ ਆ ਇਹਦੀ ਗੁਣਾ ਹੋ ਗਈ ਠੀਕ ਹੈ ਉਹਨੇ ਪਹਿਲਾਂ ਗੁਣਨਫਲ ਕੇ ਆਪਾਂ ਗੁਣਾ ਕਰਤਾ ਫਿਰ ਉਹਨੇ ਜੋੜਫਲ ਕੇ ਆਪਾਂ ਜੋੜ ਕਰਤਾ ਹੁਣ ਕਰਨਾ ਕੀ ਆ ਘਟਾਉਣਾ ਇਹਦੇ ਵਿੱਚੋਂ ਇਹਨੂੰ ਘਟਾਉਣਾ ਮਤਲਬ ਕਿ ਇੱਥੇ ਸਾਈਨ ਕਿਹੜਾ ਆ ਗਿਆ ਆਪਣੇ ਕੋ ਘਟਾਓ ਮਾਈਨਸ ਦਾ ਸਾਈਨ ਆ ਗਿਆ ਜੇ ਘਟਾਓ ਦਾ ਸਾਈਨ ਠੀਕ ਹੈ ਡਨ ਨੈਕਸਟ ਸੈਕਿੰਡ ਪਾਰਟ ਜਿਹੜਾ ਆਪਣੇ ਕੋਲ ਹੈ ਵਿਅੰਜਕਾਂ ਦੇ ਪਦਾਂ ਅਤੇ ਉਹਨਾਂ ਦੇ ਗੁਣਨਖੰਡ ਨੂੰ ਪਛਾਣੋ ਉਹਦਾ ਗੁਣਨਖੰਡ ਦੱਸੋ ਉਹਦੇ ਵਿਅੰਜਕਾਂ ਦੇ ਪਦ ਦੱਸੋ ਪਦਾਂ ਮਤਲਬ ਟਰਮਸ ਬੜੇ ਤੇ ਇੱਕ ਸਾਈਨ ਲੱਗਿਆ ਕਿੰਨੇ ਟਰਮਾਂ ਬਣੀਆਂ ਹੋਈਆਂ ਦੋ ਮਤਲਬ ਦੋ ਟਰਮਾਂ ਬਣ ਗਈਆਂ ਕਿ ਦੋ ਪਦ ਹੋਣਗੇ ਆਪਣੇ ਕੋਲ ਅਤੇ ਦਰਖਤ ਚਿੱਤਰ ਵੀ ਬਣਾਓ ਦਰਖਤ ਚਿੱਤਰ ਕੀ ਹੁੰਦਾ ਠੀਕ ਹੈ ਤੁਸੀਂ ਕੀ ਕਰਨਾ ਦਰਖਤ ਬਣਾਓ ਨਹੀਂ ਨਹੀਂ ਦਰਖਤ ਨਹੀਂ ਬਣਾਉਣਾ ਦਰਖਤ ਸੈਲ ਦੇ ਆਪਾਂ ਲਿਖਿਆ ਐਕਸਪਲੇਨ ਤੇ ਨਾ ਲਿਖਿਆ ਇਸ ਤੋਂ ਬਾਅਦ ਆਪਾਂ ਇਦਾਂ ਲਾਈਨ ਲਗਾਈ ਇੱਕ ਭਾਗ ਇੱਧਰ ਇੱਕ ਭਾਗ ਇੱਧਰ ਦੋ ਹੀ ਭਾਗ ਆ ਨਾ ਜੀ ਦੋ ਭਾਗ ਆਪਾਂ ਦੋ ਨੀਚੋਂ ਦੀਆਂ ਬ੍ਰਾਂਚਸ ਬਣਾਤੀਆਂ ਇਹ ਟ੍ਰੀ ਹੋ ਗਿਆ ਵੱਡਾ ਆ ਉਹਦੀਆਂ ਟਾਣੀਆਂ ਦੀ ਸ਼ਾਖਾਵਾਂ ਜਿਹੜੀਆਂ ਉਹਦੀਆਂ ਸ਼ਾਖਾਵਾਂ ਜਿਹੜੀਆਂ ਬ੍ਰਾਂਚਸ ਨਿਕਲ ਰਹੀਆਂ ਨੇ ਇੱਕ ਬ੍ਰਾਂਚ ਜਿਹੜੀ ਆ ਐਕਸ ਦੂਸਰੀ ਕਿਹੜੀ ਆ ਤਿੰਨ ਦੇ ਵਿੱਚ ਸਾਈਨ ਕਿਹੜਾ ਜਿਹਦੇ ਜਿਹਦੇ ਤੋਂ ਪਹਿਲਾਂ ਮਾਈਨਸ ਦਾ ਸਾਈਨ ਲੱਗਾ ਉਹਨੂੰ ਆਪਾਂ ਮਾਈਨਸ ਨਾਲ ਲਿਖ ਲਓ ਠੀਕ ਆ ਹੁਣ ਇਹਦੇ ਗੁਣਨਖੰਡ ਕਿੰਨੇ ਆ ਗਏ x ਦਾ ਗੁਣਨਖੰਡ ਕੀ ਆ ਗਿਆ x ਹੀ ਕਿਉਂਕਿ ਹੋਰ ਕੁਝ ਨਹੀਂ ਲੱਗਾ ਮਾਈਨਸ ਕਰਨ ਦਾ ਗੁਣਨਖੰਡ ਇਹ ਆਊਗਾ ਆਪਣੇ ਕੋਲ ਮਾਈਨਸ 1 ਤੇ 3 ਠੀਕ ਆ 3 ਨੂੰ ਗੁਣਾ ਕਰੋਗੇ ਇੱਕ ਨਾਲ 3 ਇਕਮ 2 ਜੇ ਨਾਲ ਮਾਈਨਸ ਲੱਗਾ ਹੋਊਗਾ ਤਾਂ ਮਾਈਨਸ ਨਾਲ ਆ ਜਾਊਗਾ ਮਾਈਨਸ ਕਲੀਅਰ a ਬਾਈ ਮਾਈਨਸ ਇੱਧਰ ਵੀ ਆ ਸਕਦਾ ਮਾਈਨਸ ਇੱਧਰ ਵੀ ਆ ਸਕਦਾ ਯਸ ਠੀਕ ਆ
नेक्स्ट क्वेश्चन अपने को 1 प्लस x प्लस x का स्क्वायर इन भी अपन लिख ली 1 प्लस x प्लस x का स्क्वायर ये आ गया अपने को थोड़ा देखो इस कितने अपने को दो साइड लगे हुए हैं कितने पद बन गए देख दो साइड होने तक कितने पद बन गए एक बात बन रहा है ये की साइड होने एक बात बन रहा तीन बन गए मतलब इससे दो ब्रांचेस बन गई कितने तीन ब्रांच बन गई है एक दो आम हो गई तो थर्ड आम हो गई तो पहला किया एक फिर किया दूसरा तीसरा किया एक्स पर अभी एक कल्ला ही आदि कल्ला ही है ठीक है वैसे एक्स के गुणनखंड लिखना होगा तो सी आज तो बाद में गुणनखंड बना दिए आज एक को दो तीन तीन पद बढ़ गए होते ठीक है बिना बेटे देते हो यार आओ ये गुणनखंड निकल गए थोड़ा एक्स दे कल्ले एक्स दे पर जो तो कल्ली वैल्यू होवे ओदे नाल एक लगा होता स्टार्टिंग में ठीक है इट मींस जिथे के लगा हुआ है नाल एक ओके एक गुणा एक्स कोई फर्क नहीं पड़ा एक्स एकम एक्स ही आना सर ठीक है एक आ गया नाल की आ गया एक्स पर इहदे गुणनखंड ਕਿੰਨੇ x ਆਪਣੇ ਕੋਲ ਇਹ x ਦਾ 2 ਆ ਨਾ ਹੁਣ ਦੇਖੋ ਕਿਸੇ ਵੀ ਕਾ ਚੀਜ਼ ਦੀ ਘਾਤ ਨੂੰ 2 ਆ ਉਹ ਕਿੰਨੀ ਵਾਰ ਕਰੇ 2 ਵਾਰੀ 2 ਗੁਣਾ ਕਰਕੇ ਠੀਕ ਹੈ ਇਹਨੂੰ ਆਪਾਂ ਦੋਨੋਂ ਸਾਈਡਾਂ ਤੇ 1 x ਇੱਧਰ ਆ ਗਿਆ 1 x ਇੱਧਰ ਆ ਗਿਆ ਠੀਕ ਹੈ ਜਿਸ ਤਰ੍ਹਾਂ ਆਪਾਂ ਇਹਦਾ 1 ਲਿਖਿਆ ਆ ਲਿਖਿਆ ਨਾ ਇਹਦਾ 1 ਉਸ ਤਰ੍ਹਾਂ ਆਪਾਂ ਇਹਦਾ ਵੀ 1 ਲਿਖ ਸਕਦੇ ਆ ਕਿਉਂਕਿ 1 ਆਪਾਂ ਇਸ ਕਰਕੇ ਲੈਂਦੇ ਕਿਉਂਕਿ ਜਿਹੜਾ 1 ਆ ਨਾ ਉਹ ਸਾਰਿਆਂ ਦੇ ਗੁਣਨਖੰਡ ਹੁੰਦਾ ਹੈ ਜਿਹੜਾ 1 ਆ ਨਾ 1 ਲਿਖਣਾ ਹੀ ਲਿਖਣਾ ਤੁਸੀਂ 1 ਸਾਰੀਆਂ ਵੈਲਿਊਜ਼ ਦਾ ਗੁਣਨਖੰਡ ਹੁੰਦਾ ਹੈ ਇਕਾ ਕੋ ਸਾਰੇ ਨਾਲ ਮਲਟੀਪਲਾਈ ਹੁੰਦਾ ਹੈ ਕਲੀਅਰ ਇਹਦਾ ਵੀ ਟ੍ਰੀ ਬਣ ਗਿਆ ਆਪਣੇ ਕੋ ਟ੍ਰੰਕ ਬਣ ਗਿਆ ਹੁਣ ਨੈਕਸਟ ਕੁਐਸਚਨ ਆ ਰਿਹਾ ਹੈ y minus y ਦਾ ਕੀ ਕਿੰਨੀਆਂ ਟਰਮਸ ਆਪਣੇ ਕੋ ਕਿੰਨੇ ਪਦ ਨੇ ਕਿੰਨੇ ਪਦ ਆ ਕਿੰਨੇ ਪਦ ਆ ਸਾਈਨ ਕਿਹਦਾ ਇੱਕ ਪਦ ਕਿੰਨੇ ਬਣ ਗਏ ਦੋ ਦੋ ਪਦ ਆ ਇਹਦੇ ਪਹਿਲਾ y ਲਿਖਿਆ ਸਿੰਪਲ ਲਿਖਣਾ ਤੁਸੀਂ ਇਹਦੇ ਤੇ ਕਲਾਈਨ x ਵਾਲੀ ਲਿਖਣੀ ਦੋ ਜਿੰਨੇ ਵੀ ਇਹਦੇ ਪਾਰਟਸ ਬਣੇ ਹੋਏ ਉਹਨੇ ਆਪਾਂ ਦੂਜੇ ਐਰੋ ਬਣਾ ਲਏ ਟ੍ਰਾਂਸ ਬਣਾ ਲਈਏ ਇੱਥੇ ਆ ਗਿਆ ਹੁਣ y ਇੱਥੇ ਕਿੰਨਾ ਆਊਗਾ 1 y ਆ ਗਿਆ ਇੱਧਰ ਕੀ ਆਊਗਾ 1 y ਦਾ ਕਿਊਬ 3 y ਇੱਧਰ ਲਿਖ ਲਿਆ ਦੂਸਰਾ ਕੀ ਆਪਣੇ ਕੋ y ਨਿਕਾਲ ਲਾ ਕੇ 3 ਨਾ ਘਟਾਓ ਦਾ ਸਾਈਨ ਕਿਹਾ ਆ ਘਟਾਓ ਦਾ ਸਾਈਨ ਕਿ ਨਾਲ ਘਟਾਓ ਲਈ ਆ ਘਟਾਓ ਦਾ ਸਾਈਨ ਨਾਲ ਗੁਣਨਾ ਵਾ ਬੜੇ ਦੇ ਗੁਣਨਖੰਡ ਕਿਹੜੇ ਆਏ ਆਪਣੇ ਕੋ ਕਿਹੜੇ ਕਿਹੜੇ ਆਣਗੇ 1 ਤੇ 1 y ਇੱਕ ਆਪਣੇ ਆਪ ਦੀ ਵੈਲਿਊ 1 ਉਹਦਾ 1 ਹੁੰਦਾ ਹੈ ਠੀਕ ਹੈ ਸਿੰਗਲ ਵੈਲਿਊ ਹੁਣ ਇਹਦੇ ਕੀ ਆਣਗੇ ਹੁਣ ਇਹਦੇ ਕਿੰਨੇ y ਆ ਆਪਣੇ ਕੋ 3 y ਆ ਨਾ ਤੇ ਨਾਲ ਇੱਕ ਗੁਣਨਖੰਡ ਹੋਰ ਹੁੰਦਾ ਉਹ ਆਪਣੇ ਕੋ ਕਿਹੜਾ ਹੁੰਦਾ 1 ਠੀਕ ਹੈ ਹੁਣ ਪਹਿਲਾਂ 3 y 2 ਆ 3 y ਹੋ ਗਏ ਆ ਹੋ ਗਿਆ 1 ਦਾ ਮਾਈਨਸ 1 y y 1 ਮਤਲਬ ਕਿ y ਨੂੰ ਇਹਨਾਂ ਤਿੰਨਾਂ ਨੂੰ ਗੁਣਾ ਕਰਕੇ y ਦੇ ਦੇ ਦੋ ਫਿਰ y ਦੇ ਤਿੰਨ ਨੂੰ 1 ਘਟਾਓ 1 ਨਾਲ ਗੁਣਾ ਕਰਾਂਗੇ ਤਾਂ ਘਟਾਓ y ਦੇ ਨਾਲ ਘਟਾਓ ਠੀਕ ਹੈ ਨੈਕਸਟ ਆਪਣੇ ਕੋਲ ਕੁਐਸਚਨ ਆ ਗਿਆ ਇੱਥੋਂ ਤੱਕ ਤਾਂ ਕਰਦਾ ਟ੍ਰੀ ਬਣਾ ਲਾਂਗੇ ਇੱਥੇ ਬੈਠੇ ਦੇਖੋ 1 2 3 ਤਿੰਨ ਭਾਗ ਨੇ ਨਾ ਇੱਚ ਮਤਲਬ ਕਿ ਤਿੰਨ ਭਾਗ ਦਿੱਤੇ ਹੋਏ ਆਪਣੇ ਕੋਲ 1 2 3 3 ਤਿੰਨ ਭਾਗ ਬਣ ਗਏ ਆਪਣੇ ਕੋਲ ਤਿੰਨ ਭਾਗ ਇਸ ਮਤਲਬ ਪਹਿਲਾ ਕੀ ਆਦਾ ਆਪਣੇ ਕੋਲ ਇਹ ਆਂਦਾ -ab ਘਟਾਓ -ab ਫਿਰ ਕੀ ਆਂਦਾ ਆਪਣੇ ਕੋ +2 b ਦੀ 2 ਫਿਰ ਕੀ ਆਂਦਾ -3 -3 ਇਹਦੀ -3 ਹੁਣ ਇਹਦੇ ਵਿੱਚ ਇਹਦੇ ਗੁਣਨਖੰਡ ਬਣਾ ਲਈ ਆ ਇਹ ਪਾਦ ਆ ਗਿਆ ਆਪਣੇ ਕੋ ਇਹਦਾ ਤਿੰਨ ਪਾਦ ਆ ਗਿਆ ਆਪਣੇ ਕੋ ਟਰਮਸ ਆ ਗਿਆ ਤਿੰਨ ਹੁਣ ਗੁਣਨਖੰਡ ਹੁਣ ਇਹਦੇ ਗੁਣਨਖੰਡ ਕਿਹੜੇ ਕਿਹੜੇ ਹੋਣਗੇ 1 1 ਤਾਂ ਆਊਗਾ ਹੀ ਹੋਊਗਾ ਠੀਕ ਹੈ ਇੱਕ ਦੇ ਨਾਲ ਮਾਈਨਸ ਹੈ ਤਾਂ ਮਾਈਨਸ 1 ਲਿਖਾਂਗੇ ਆਪਾਂ ਦੂਸਰਾ ਕਿਹੜਾ ਬਣੂਗਾ ਦੋ ਇਹ ਵੀ ਅਲੱਗ ਅਲੱਗ ਨੇ ਇਹ ਫਿਰ b ਇਹਦਾ ਆਊ ਮਾਈਨਸ 1 ਇਹ ਤੇ b ਹੋ ਗਏ ਤੇ ਇਹਦੇ ਕੋਲੋਂ ਕੀ ਆਣਗੇ ਆਪਣੇ ਕੋ 2 2 ਸ਼ਾਬਾਸ਼ 2 ਆ ਗਿਆ ਗੁੱਡ ਨੈਕਸਟ b b then b ਤੇ ਮਤਲਬ ਕਿ ਜਿੰਨੇ ਵੀ b ਹੋਣ ਉਹਨੇ b ਲੈਣੇ ਆ 2 b ਸੀਗੇ b ਦੀ ਘਾਤ 2 ਸੀ ਆਪਾਂ ਦੋ ਵਾਰੀ b ਨੂੰ ਇੱਕ ਇੱਕ ਕਰਕੇ ਲਿਖਿਆ then ਲਾਸਟ ਨੂੰ ਆ ਗਿਆ ਆਪਣੇ ਕੋ ਧਿਆਨ ਨਾਲ -3 -3 ਦਨ ਯਸ ਠੀਕ ਆ ਹੋਰ ਤੇ 3 ਵਾਰੀ 3 ਵੇਟ ਆਪਣੇ ਕੋ ਵੇਖੋ ਕੀ ਆ
माइनस लिखते हैं ना, एक वैल्यू ना कल आप कि लिखते हैं माइनस वन से माइनस वन लिखना उसके आप ठीक है। हूँ आप लिखा वन लिखना भी वन ऐड कर सकते हैं ठीक है, ये भी वन लिखे आप भी वन लिख सकते आप वन लिखना वा उसे लिखो वन भी लिखो वन लिख लो सारे लिखे हाँ हम ए होगा अपने को माइनस वन थ्री पद टर्म्स एंड उन्होंने गुणन खंड पता कर लो यार ठीक है। हम आप पद के दो ने एक माइनस चार है दूसरा कि इधर आ गया अपने को थ्री ओवर फोर इस साइन तो पहला वाला ए आ गया इस साइन तो बाद वाला कॉमा नीचे वन ओवर अपने को जीरो पॉइंट वन वन कॉमा जीरो पॉइंट वन कॉमा पी कॉमा पी वन कॉमा जीरो पॉइंट टू कॉमा क्यू कॉमा ठीक है।